ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਅੱਜ ਇੱਕ ਬੜੇ ਹੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹੁਣ ਜਾ ਰਿਹਾ ਇੱਕ ਬੜਾ ਹੀ ਮਹੱਤਵਪੂਰਨ ਸਵਾਲ ਹੈ ਉਹ ਸਵਾਲ ਦਾ ਜਵਾਬ ਸਾਨੂੰ ਸਾਰਿਆਂ ਨੂੰ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਸਵਾਲ ਇਹੋ ਜਿਹਾ ਹੈਗਾ ਕਈ ਤੇ ਇਸ ਗੱਲ ਨੂੰ ਇਸ ਸਵਾਲ ਨੂੰ ਐਂ ਅੰਗੋਲਿਆ ਕਰ ਜਾਂਦੇ ਹੈਗੇ ਆਪਾਂ ਨਹੀਂ ਨਹੀਂ ਕੋਈ ਓਡੀ ਗੱਲ ਨਹੀਂ ਹੈਗੀ ਫਿਰ ਕੀ ਹੋਇਆ ਕੱਲਾ ਹੀ ਇੱਕ ਸਵਾਲ ਨਹੀਂ ਹੋਰ ਸਾਡੀ ਜ਼ਿੰਦਗੀ ਦੇ ਵਿੱਚ ਆਸੇ-ਪਾਸੇ ਬਹੁਤ ਕੁਝ ਇਦਾਂ ਦਾ ਹੁੰਦਾ ਜਿਹਨੂੰ ਆਪਾਂ ਉਦਾਂ ਹੀ ਕਈ ਵਾਰ ਨਜ਼ਰਅੰਦਾਜ਼ ਕਰ ਦ ਬਹੁਤ ਬਹੁਤ ਮਰੀ ਬਹੁਤ ਕੁਝ ਇਦਾਂ ਦਾ ਹੁੰਦਾ ਕਿ ਉਹਨੂੰ ਨਜ਼ਰ ਅੰਦਾਜ਼ ਨਹੀਂ ਕੀਤੇ ਜਾਣਾ ਚਾਹੀਦਾ ਹੁੰਦਾ ਇਦਾਂ ਹੀ ਅੱਜ ਜਿੱਦਾ 21 ਜੂਨ ਹੈਗੀ ਆ 21 ਜੂਨ ਨੂੰ ਅੱਜ ਪੂਰੇ ਭਾਰਤ ਵਿੱਚ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹਦੇ ਪੰਜਾਬ ਦੀ ਸਰਕਾਰ ਵੱਲੋਂ ਵੀ ਉਹਨਾਂ ਦੇ ਕਹਿਣ ਦੇ ਉੱਪਰ ਪੂਰੇ ਇਲਾਕੇ ਦੇ ਵਿੱਚ ਸਾਰੇ ਪਾਸੇ ਆਸੇ-ਪਾਸੇ ਤੁਸੀਂ ਦੇਖਿਆ ਹੋਂਗਾ ਕਿ ਯੋਗਾ ਦੇ ਕੈਂਪ ਲਾਏ ਗਏ ਉਹਨਾਂ ਵੱਲੋਂ ਯੋਗਾ ਦਿਵਸ ਮਨਾਇਆ ਗਿਆ 21 ਜੂਨ ਦਾ ਦਿਨ ਮੁਕਰਰ ਕੀਤਾ ਗਿਆ ਉਹਨਾਂ ਵੱਲੋਂ ਵੀ 21 ਜੂਨ ਯੋਗਾ ਦਿਵਸ ਵਜੋਂ ਮਨਾਇਆ ਜਾਇਆ ਕਰੂੰਗਾ ਤਾਂ ਕਿ ਸਾਡੇ ਲੋਕਾਂ ਦੀ ਸਿਹਤ ਠੀਕ ਰਹਿ ਸਕੇ ਹੁਣ ਇਹ ਇੱਕ ਗੱਲ ਹੋ ਗਈ ਹੁਣ ਦੂਏ ਪਾਸੇ ਜਿਹੜਾ ਸਵਾਲ ਹੈਗਾ ਉਹ ਇਹ ਹੈ ਕਿ ਜਿਹੜੇ ਸੁਚੇਤ ਸਿੱਖ ਨੇ ਉਹਨਾਂ ਨੇ ਯੋਗਾ ਦਿਵਸ ਦੀ بجائے ਗਤਕਾ ਦਿਹਾੜਾ ਮਨਾਇਆ ਅੱਜ 21 ਜੂਨ ਨੂੰ ਭਲਾ ਕਿਉਂ ਇਹਦੀ ਖਾਸ ਵਜ੍ਹਾ ਕੀ ਹੈ 22 ਤਰੀਕ ਨੂੰ ਵੀ ਮਨਾ ਸਕਦੇ ਸੀਗੇ ਗਤਕਾ ਦਿਹਾੜਾ 20 ਨੂੰ ਵੀ ਮਨਾ ਸਕਦੇ ਸੀਗੇ ਜੂਨ ਦੀ بجائے ਕੋਈ ਹੋਰ ਮਹੀਨਾ ਵੀ ਰੱਖਿਆ ਜਾ ਸਕਦਾ ਸੀਗਾ ਪਰ ਅੱਜ ਦੇ ਹੀ ਦਿਨ ਕਿਉਂ ਇਹਦੀ ਇੱਕ ਖਾਸ ਵਜ੍ਹਾ ਹੈ ਬੱਸ ਸਰ ਲੋਕ ਜਿਹਦਾ ਪਹਿਲਾ ਕਹਿ ਖੜਾ ਕਿ ਸਵਾਲ ਨੂੰ ਜਮ੍ਹਾਂ ਹੀ ਨਜ਼ਰ ਅੰਦਾਜ਼ ਨਾ ਕਰਦੇਓ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੁੰਦਾ ਵੀ ਕੋਈ ਗੱਲ ਨਹੀਂ ਵੀ ਕੋਈ ਏਡੀ ਗੱਲ ਨਹੀਂ ਹੈਗੀ ਪਰ ਕੁਝ ਚੀਜ਼ਾਂ ਇਦਾਂ ਦੀ ਹੁੰਦੀਆਂ ਨੇ ਜਿਨ੍ਹਾਂ ਨੂੰ ਬਰੀਕੀ ਦੇ ਵਿੱਚ ਸਮਝਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਮੈਂ ਤੁਹਾਨੂੰ ਬਰੀਕੀ ਵਿੱਚ ਜਿੰਨੀ ਕੁ ਮੈਨੂੰ ਸਮਝ ਆ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਸੁਚੇਤ ਸਿੱਖਾਂ ਨੇ ਯੋਗਾ ਦਿਵਸ ਵਾਲੇ ਦਿਨ ਗਤਕਾ ਦਿਹਾੜਾ ਮਨਾਉਣ ਦੀ ਸਲਾਹ ਕਿਉਂ ਦਿੱਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਪਿੱਛੇ ਜਾ ਕੇ ਆਖਿਆ ਸੀਗਾ ਕਿ ਜੇ ਉਹ ਮਨਾਉਂਦੇ ਆ 21 ਜੂਨ ਨੂੰ ਯੋਗਾ ਦਿਵਸ ਤੇ ਆਪਾਂ ਮਨਾਇਆ ਕਰਾਂਗੇ 21 ਜੂਨ ਨੂੰ ਗਤਕਾ ਦਿਹਾੜਾ ਵੀ ਸਿੱਖ ਗਤਕਾ ਖੇਡਿਆ ਕਰਨਗੇ ਔਰ ਅੱਜ ਵੱਖ-ਵੱਖ ਇਲਾਕਿਆਂ ਦੇ ਵਿੱਚ ਮੈਂ ਵੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕਾਂ ਨੇ ਗਤਕਾ ਦਿਹਾੜਾ ਮਨਾਇਆ ਅੱਜ ਦੇ ਦਿਨ ਗਤਕਾ ਖੇਡਿਆ ਹੁਣ ਇਹ ਜਿਹੜਾ ਸਵਾਲ ਹੈਗਾ ਨਾ ਇਹ ਨਜ਼ਰ ਅੰਦਾਜ਼ ਕਰਨ ਵਾਲਾ ਕਿਉਂ ਨਹੀਂ ਹੈਗਾ ਉਹ ਮੈਂ ਤੁਹਾਨੂੰ ਦੱਸੂਗਾ ਅਸਲ ਵਿੱਚ ਜਿਹੜੇ ਮੁਲਕ ਦੇ ਵਿੱਚ ਆਪਾਂ ਇਸ ਵੇਲੇ ਰਹਿ ਰਹੇ ਆ ਨਾ ਜੀ ਇਥੋਂ ਦੀ ਹਕੂਮਤ ਦਾ ਜਿਹੜਾ ਇੱਕ ਏਜੰਡਾ ਆ ਨਾ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਜਿਹੜਾ ਇਹ ਉਹਨਾਂ ਦਾ ਏਜੰਡਾ ਹੈ ਔਰ ਇਸ ਏਜੰਡੇ ਦੇ ਤਹਿਤ ਉਹ ਕੰਮ ਕਰ ਰਹੇ ਆ ਉਹਨਾਂ ਦੇ ਇਸ ਏਜੰਡੇ ਦਾ ਇੱਕ ਹਿੱਸਾ ਹੈ ਪੂਰੇ ਹੀ ਦੇਸ਼ ਦੇ ਲੋਕਾਂ ਨੂੰ ਯੋਗਾ ਦਿਵਸ ਦੇ ਨਾਲ ਜੋੜਨਾ ਜੇ ਦੇ ਇੱਕੋ ਲਾਈਨ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਫਿਰ ਇਸ ਸਵਾਲ ਦਾ ਜਵਾਬ ਇਹ ਹੈ ਕਿ ਐਦਾਂ ਦੀ ਕੋਈ ਵੀ ਉਹ ਚੀਜ਼ ਜੜੀ ਤੁਹਾਨੂੰ ਤੁਹਾਡੇ ਆਪ ਦੇ ਸੱਭਿਆਚਾਰ ਦੇ ਨਾਲੋ ਜਿਹੜੀ ਚੀਜ਼ ਜਿਹੜਾ ਕੰਮ ਤੁਹਾਨੂੰ ਤੁਹਾਡੇ ਆਪਣੇ ਸੱਭਿਆਚਾਰ ਦੇ ਨਾਲੋਂ ਆਪਣੇ ਕਲਚਰ ਦੇ ਨਾਲੋਂ ਤੋੜ ਕੇ ਕਿਸੇ ਹੋਰ ਚੀਜ਼ ਦੇ ਨਾਲ ਜੋੜਦਾ ਹੋਵੇ ਭਾਵੇਂ ਕਿ ਹਿੰਦੂਤਵ ਦੇ ਨਾਲ ਜੋੜਦਾ ਹੋਵੇ ਜੋ ਉਹਨਾਂ ਦੇ ਏਜੰਡੇ ਹੈਗੇ ਆ ਉਸ ਚੀਜ਼ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਉਹ ਜਿਹੜਾ ਕੋਈ ਵੀ ਕੰਮ ਨਾ ਕਰੋ ਹਾਲਾਂਕਿ ਮੈਂ ਇੱਕ ਬੇਨਤੀ ਕਰਾਂ ਜੇ ਮੈਨੂੰ ਕੋਈ ਪੁੱਛੇ ਨਾ ਐਜ਼ ਅ ਪੱਤਰਕਾਰ ਐਜ਼ ਅ ਸਿੱਖ ਪੱਤਰਕਾਰ ਜੱਜ ਦਾ ਮਰਜ਼ੀ ਲਾ ਲਓ ਐਜ਼ ਅ ਇਨਸਾਨ ਕੋਈ ਆਪਾਂ ਯੋਗਾ ਦੇ ਵਿਰੋਧੀ ਨਹੀਂ ਹੈਗੇ ਕਿਉਂਕਿ ਬਹੁਤ ਸਾਰੇ ਲੋਕ ਐਦਾਂ ਤੁਹਾਨੂੰ ਕਹਿੰਦੇ ਹੈ ਜਦੋਂ ਯੋਗ ਕਰਾਉਂਦੇ ਹੈਗੇ ਯੋਗਾ ਉਸ ਵੇਲੇ ਕੀ ਕਹਿਆ ਜਾਂਦਾ ਭਲਾ ਯੋਗ ਆਸਣ ਹੁੰਦੇ ਹੈ ਤੁਹਾਨੂੰ ਕਿਹਾ ਜਾਂਦਾ ਜੀ ਐਦਾਂ ਕਰਕੇ ਬੈਠੋ ਕਮਰ ਸਿੱਧੀ ਰੱਖੋ ਧੋਣ ਸਿੱਧੀ ਰੱਖੋ ਇਹ ਕਰੋ ਉਹ ਕਰੋ ਐਦਾਂ ਅਸਤ ਜੀ ਲੱਤ ਤਾਂ ਨੂੰ ਐਦਾਂ ਸਾਰਾ ਕੁਝ ਤੁਹਾਨੂੰ ਕਰਵਾਉਂਦੇ ਹੈਗੇ ਉਹ ਉਹਦੇ ਨਾਲ ਉਹ ਕਹਿੰਦੇ ਕਿ ਤੁਹਾਡਾ ਸਰੀਰ ਠੀਕ ਰਹਿੰਦਾ ਤੁਸੀਂ ਤੰਦਰੁਸਤ ਰਹਿੰਨੇ ਹੋ ਕਿ ਇਹਨੂੰ ਨਹੀਂ ਪਤਾ ਇਸ ਗੱਲ ਦਾ ਤੰਦਰੁਸਤ ਰਹਿੰਨਾ ਹੁਣ ਮੈਂ ਬੈਠਾ ਹੈਗਾ ਤਾਂ ਅਗਲੇ ਕਈ ਵਾਰ ਕਹਿੰਦੇ ਆ ਤੁਹਾਨੂੰ ਜਦਾਂ ਘਰ ਵਿੱਚ ਵੀ ਤੁਸੀਂ ਦੇਖੋ ਕੈਮਰਾ ਬੰਦੇ ਕੈਨਰ ਬੰਦਾ ਕੋ ਢਿੱਲਾ ਜਾ ਕੇ ਬੈਠਾ ਤੇ ਉਹ ਕਹਿੰਦੇ ਵੇ ਸੁਚੇਤ ਹੋ ਕੇ ਬੈਠੋ ਜੀ ਸਿੱਧੇ ਐਨ ਆਪਣੀ ਜਿਹੜੀ ਰੇੜ ਦੀ ਹੱਡੀ ਹੈਗੀ ਉਹਨੂੰ ਸਿੱਧਿਆ ਰੱਖੋ ਤੁਸੀਂ ਦੇਖਿਆ ਹੋਊਗਾ ਕਈ ਕਥਾਵਾਚਕ ਮੈਂ ਕਿਸੇ ਦਾ ਉੱਚਾ ਚਾ ਨਾਮ ਨਹੀਂ ਲੈਣਾ ਹੈਗਾ ਤੁਹਾਨੂੰ ਨਾਲ ਸੰਗਤ ਵਿੱਚ ਕਥਾ ਜਦੋਂ ਕਰ ਦਿੰਦੇ ਹੁੰਦੇ ਆ ਤੁਹਾਨੂੰ ਉਸ ਸੰਗਤ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਵੀ ਕਈ ਵਾਰ ਟੋਕਿਆਂ ਦੇ ਕਹਿੰਦੇ ਲੱਕ ਸਿੱਧਾ ਕਰਕੇ ਬੈਠੋ ਭਾਵਕੇ ਸੁਚੇਤ ਹੋ ਕੇ ਬੈਠੋ ਸਤਰਕ ਰਹੋ ਐਨ ਬਿਲਕੁਲ ਤੁਸੀਂ ਤੰਦਰੁਸਤ ਰਹੋਗੇ ਜਦੋਂ ਤੁਹਾਨੂੰ ਇਹਦਾ ਕੁਬਜਾ ਪਾ ਕੇ ਬਹਿਣ ਦੀ ਉਹਦੇ ਨਾਲ ਫਿਰ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਜੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਤੋਂ ਜਿਹੜੇ ਲੋਕ ਯੋਗਾ ਕਰਦੇ ਹੈਗੇ ਆ ਉਹ ਯੋਗਾ ਦੇ ਨਾਲ ਇਹ ਨਹੀਂ ਹੈਗਾ ਕਿ ਸਿਹਤ ਠੀਕ ਨਹੀਂ ਹੁੰਦੀ ਹੈਗੀ। ਸਿਹਤ ਤੁਹਾਡੀ ਤੰਦਰੁਸਤ ਰਹਿੰਦੀ ਆ ਤੁਹਾਡੇ ਸਰੀਰ ਦੇ ਹੋਰ ਕਈ ਅੰਗ ਜਿਹੜੀ ਤੁਹਾਡੀ ਪਾਚਣ ਸ਼ਕਤੀ ਆ ਵਗੈਰਾ ਵਗੈਰਾ ਹੋਰ ਬਹੁਤ ਕੁਝ ਵਧੀਆ ਹੀ ਰਹਿੰਦਾ ਹੋਊਗਾ। ਹੁਣ ਪਰ ਸਵਾਲ ਫਿਰ ਉੱਥੇ ਕੋਈ ਹੁਣ ਮੋੜਵਾ ਸਵਾਲ ਕਰ ਸਕਦਾ ਕਿ ਜੇ ਤੁਹਾਨੂੰ ਭਾਈ ਇਹਨਾਂ ਪਤਾ ਹੈਗਾ ਸਾਰਾ ਕੁਝ ਇਦਾਂ ਹੁੰਦਾ ਫਿਰ ਇਹਦਾ ਵਿਰੋਧ ਕਿਉਂ? ਵਿਰੋਧ ਪਤਾ ਕਿਉਂ? ਉਹ ਮੈਂ ਤੁਹਾਨੂੰ ਦੱਸਦਾ ਇੱਕ ਛੋਟ ਜਿਹਾ ਉਦਾਹਰਣ ਦੇ ਕੇ। ਛੋਟੀ ਜਿਹੀ ਮੈਂ ਲਫ਼ਜ਼ ਬੋਲ ਦਿੱਤਾ ਵੈਸੇ ਉਦਾਹਰਣ ਬੜੀ ਵੱਡੀ ਹੈਗੀ ਆ ਉਹ ਔਰ ਜੁਗਾ ਜੁਗਾ ਤੱਕ ਉਹ ਉਦਾਹਰਣ ਦਿੱਤੀ ਜਾਂਦੀ ਰਹੂਗੀ ਅੱਜ ਵੀ ਆਪਾਂ ਦੇ ਰਹੇ ਹਾਂ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ 7 ਅਤੇ 9 ਸਾਲ ਦੀ ਉਮਰ ਦੇ ਬੱਚੇ ਹੁੰਦੇ ਨੇ 7 ਤੇ 9 ਸਾਲ ਦੀ ਉਮਰ ਦਾ ਬੱਚਾ ਹੀ ਹੁੰਦਾ ਨਾ ਜੀ ਪਰ ਉਹਨਾਂ ਨੇ ਜਿਹੜੇ ਕਾਰਨਾਮੇ ਕੀਤੇ ਆ ਜਿਹਦੇ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਬਾਬੇ ਬਾਬਾ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਐਗਜ਼ਾਮਪਲ ਦੇਣ ਲੱਗਾ ਹੁਣ ਜਿਵੇਂ ਇੱਕ ਇਸ ਗੱਲ ਵਿੱਚ ਕੋਈ ਹਰਜ਼ ਥੋੜੀ ਹੈ ਜਦੋਂ ਜੋਗਾ ਕਰਨ ਦੇ ਵਿੱਚ ਕੋਈ ਹਰਜ਼ ਥੋੜੀ ਹੈ ਜੇ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਪਰ ਕਿਉਂਕਿ ਉਹਨਾਂ ਦਾ ਏਜੰਡਾ ਕੁਝ ਹੋਰ ਹੈ ਉਹਨਾਂ ਦਾ ਏਜੰਡਾ ਹੈ ਤੁਹਾਡੇ ਨਿਆਰੇਪਨ ਨੂੰ ਖਤਮ ਕਰਕੇ ਤੇ ਤੁਹਾਨੂੰ ਆਪਣੇ ਵਿੱਚ ਜਜ਼ਬ ਕਰ ਲੈਣਾ ਉਹਨਾਂ ਦਾ ਇਸ ਇਹ ਏਜੰਡਾ ਹੋਣ ਕਰਕੇ ਹੀ ਇਹਦਾ ਵਿਰੋਧ ਆ ਹੋਰ ਕੋਈ ਵਿਰੋਧ ਵਾਲੀ ਗੱਲ ਨਹੀਂ ਹੈਗੀ ਉਦਾਹਰਨ ਦੇਣ ਲੱਗਾ ਸੀਗਾ ਜਦੋਂ 7 ਤੇ 9 ਸਾਲ ਦੀ ਉਮਰ ਦੇ ਉਹਨਾਂ ਬੱਚਿਆਂ ਨੂੰ ਆਖਿਆ ਗਿਆ ਕਿ ਸਰਹੰਦ ਦਾ ਸੂਬੇਦਾਰ ਵੇ ਤੁਸੀਂ ਝੁੱਕ ਕੇ ਸਲਾਮ ਕਰੋ ਕਹਿੰਦੇ ਨਾ ਆਪਾਂ ਇਹਨੂੰ ਝੁੱਕ ਕੇ ਸਲਾਮ ਨਹੀਂ ਕਰਨੀ ਹੈਗੀ ਅਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਉਨੇ ਆ ਉਹਨਾਂ ਨੇ ਫਤਿਹ ਹੀ ਬੁਲਾਈ ਹੈ ਔਰ ਝੁੱਕ ਕੇ ਨਹੀਂ ਬੁਲਾਈ ਹੈਗੀ ਉਹਨਾਂ ਨੇ ਫਤਿਹ ਐਨ ਚੜ੍ਹਦੀ ਕਲਾ ਦੇ ਨਾਲ ਧੌਣ ਉੱਚੀ ਰੱਖ ਕੇ ਬੁਲਾਈ ਹੈ ਉਸ ਤੋਂ ਬਾਅਦ ਹੁਣ ਆਪਾਂ ਸਾਰੇ ਜਣੇ ਇਸ ਗੱਲ ਨੂੰ ਸਮਝਦੇ ਹੀ ਆ ਨਾ ਜੀ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਆਪਾਂ ਕਿਹਨੇ ਵੀ ਉਹਨਾਂ ਨੂੰ ਸਿੱਖਿਆਮਾਂ ਵੀ ਦਿੰਨੇ ਆ ਵੀ ਘਰ ਦੇ ਵਿੱਚ ਕੋਈ ਵੱਡਾ ਆਵੇ ਜਾਂ ਆਪ ਕਿਤੇ ਜਾਓ ਵੱਡਾ ਵੱਡੇ ਦੇ ਕੋਲੇ ਭਾਵੇਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਆਪਣੀ ਹੀ ਕਮਿਊਨਿਟੀ ਦਾ ਹੋਵੇ ਆਪਾਂ ਕਹਿੰਦੇ ਆ ਨਾ ਸਿਖਾਉਂਦੇ ਆ ਨਾ ਬੱਚਿਆਂ ਅਸੀਂ ਕਹਿੰਦੇ ਵੀ ਜੇ ਕੋਈ ਵੀ ਹੋਵੇ ਨਾ ਭਾਵੇਂ ਤੁਸੀਂ ਉਹਨਾਂ ਨੂੰ ਜਰਾ ਕਹਿੰਦਾ ਪਿਆਰ ਸਤਿਕਾਰ ਦੇ ਨਾਲ ਅਦਬ ਦੇ ਨਾਲ ਦਾ ਬੇਟਾ ਝੁੱਕ ਕੇ ਤੁਸੀਂ ਬੱਚੇ ਝੁੱਕ ਕੇ ਤੁਸੀਂ ਉਹਨੂੰ ਇਦਾਂ ਬੁਲਾਉਣਾ ਸਤਿਕਾਰ ਸਹਿ ਤੁਸੀਂ ਉਹਨੂੰ ਬੁਲਾਉਣਾ ਸਤਿਕਾਰ ਕਰਨਾ ਗੱਲੇ ਦਾ ਨਿਭਕੇ ਇਦਾਂ ਕਹਿੰਦੇ ਆ ਨਾ ਆਪਾਂ ਔਰ ਆਪਾਂ ਬੱਚਿਆਂ ਬੱਚੇ ਜਦੋਂ ਇਦਾਂ ਕਰਦੇ ਸਾਡੇ ਆਪਾਂ ਫਖਰ ਵੀ ਮਹਿਸੂਸ ਕਰਦੇ ਆ ਪਰ ਇੱਥੇ ਲਫ਼ਜ਼ ਪਾਰ ਆਉਂਦਾ ਹੈਗਾ ਪਰ ਜਦੋਂ ਅਗਲੀ ਦੀ ਨੀਅਤ ਦਾ ਤੁਹਾਨੂੰ ਪਤਾ ਹੋਵੇ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਜਦੋਂ ਵੀ ਉਹ ਸਾਨੂੰ ਇਹ ਕਹਿ ਰਹੇ ਆ ਕਿ ਝੁਕੋ ਅਸੀਂ ਤੁਹਾਨੂੰ ਝੁਕਾਉਣਾ ਚਾਹੁੰਦੇ ਆ ਬਸ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਭਲਾ ਆਪਾਂ ਸੁਣਦੇ ਆ ਔਰ ਬੜੀ ਬੜਾ ਸੁਣਦੇ ਆ ਪਰ ਸਮਝਦੇ ਨਹੀਂ ਹੈਗੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰ ਇੰਪਲੀਮੈਂਟ ਨਹੀਂ ਕਰਦੇ ਹੈਗੇ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਈ ਵਾਰ ਕਰਦੇ ਹੈਗੇ ਸੁਣਦੇ ਆ ਨਾ ਉਸ ਤੋਂ ਬਾਅਦ ਇਤਿਹਾਸ ਜਦੋਂ ਫਰੋਲਦੇ ਆਪਾਂ ਤਾਂ ਫਿਰ ਉੱਥੇ ਲਿਖਿਆ ਮਿਲਦਾ ਕਿ ਅਗਲੇ ਦਿਨ ਫਿਰ ਉਹਨਾਂ ਨੇ ਕੀ ਕੀਤਾ ਕਹਿੰਦੇ ਭਈ ਇਹ ਸਹਬਜ਼ਾਦੇ ਨਾ ਝੁਕਦੇ ਨਹੀਂ ਹੈਗੇ ਇਹ ਬੱਚੇ ਆਪਾਂ ਹੋਰ ਢੰਗ ਤਰੀਕਾ ਅਪਣਾਈਏ ਉਹਨਾਂ ਨੇ ਜਿਹੜਾ ਮੇਨ ਵੱਡਾ ਗੇਟ ਸੀਗਾ ਉਹ ਨੇ ਉਹਨਾਂ ਨੇ ਖੋਲ੍ਹਿਆ ਕਿ ਜਿਹੜਾ ਛੋਟਾ ਦਰਵਾਜ਼ਾ ਸੀਗਾ ਖਿੜਕੀ ਨੂੰਮਾ ਜਹਾ ਉਹ ਉਹਨਾਂ ਨੇ ਖੋਲ੍ਹਿਆ ਜਦੋਂ ਉਹਨਾਂ ਨੇ ਵੇਖਿਆ ਭਈ ਇਹਦੇ ਵਿੱਚੋਂ ਜਦੋਂ ਹੁਣ ਲੰਘਣਾ ਹੈਗਾ ਫਿਰ ਤਾਂ ਸਿੱਧੇ ਲੰਘਿਆ ਨਹੀਂ ਜਾਣਾ ਪਹਿਲਾਂ ਸਿਰ ਝਕਉਣਗੇ ਇਦਾਂ ਆਪਾਂ ਤਾੜੀਆਂ ਮਾਰ ਦਾਂਗੇ ਆਪਾਂ ਕਹਾਂਗੇ ਕਿ ਲਓ ਜੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਸਿਰ ਝੁਕਾਤਾ ਆਪਾਂ ਤਾੜੀਆਂ ਮਾਰ ਕੇ ਤੇ ਆਪਾਂ ਕਲਕਾਰੀਆਂ ਮਾਰਾਂਗੇ ਪਰ ਉਹ 7 ਅਤੇ 9 ਸਾਲ ਦੀ ਉਮਰ ਦੇ ਮੈਂ ਇੱਥੇ ਲਫ਼ਜ਼ ਬੋਲ ਰਿਹਾ ਬੱਚੇ ਔਰ ਨਾਲ ਦੱਸ ਰਿਹਾ ਕਿ ਆਪਾਂ ਬਾਬੇ ਕਿਉਂ ਕਹਿੰਨੇ ਆ ਅਸੀਂ ਬਾਬੇ ਇਸ ਕਰਕੇ ਕਹਿੰਨੇ ਆ ਕਿ ਉਹਨਾਂ ਨੇ 7 ਅਤੇ 9 ਸਾਲ ਦੀ ਉਮਰ ਦੇ ਬੱਚਿਆਂ ਨੇ ਉਹਨਾਂ ਦੀ ਨੀਅਤ ਨੂੰ ਭਾਂਪ ਲਿਆ ਆਪਣੇ ਨਾਲ ਕੰਪੈਰੀਸ਼ਨ ਕਰੀ ਜਣਾ ਹੁਣ ਜਿੰਨੇ ਵੀ ਸੱਜਣਾਂ ਅੱਜ ਸਾਡੇ ਪਰਿਵਾਰਾਂ ਵਾਲੇ ਵੀ ਕਈ ਲੈ ਲੈ ਜੋਗਾ ਵਿੱਚ ਹਰਜ ਕੀ ਹੈ ਆ ਬੰਦੇ ਪਤਾ ਨਹੀਂ ਕਿਉਂ ਵਿਰੋਧ ਕਰਦੇ ਰਹਿੰਦੇ ਆ ਲੈ ਇਹਨਾਂ ਨੂੰ ਐਵੇਂ ਵਿਰੋਧ ਹਰ ਗੱਲ ਦੇ ਵਿੱਚ ਵਿਰੋਧ ਹਰ ਗੱਲ ਦੇ ਵਿੱਚ ਭਲੇ ਉਹ ਵਿਰੋਧ ਇਸ ਗੱਲ ਵਿੱਚ ਨਹੀਂ ਹੁੰਦਾ ਹੈਗਾ ਵੀ ਤੁਹਾਡੀ ਸਿਹਤ ਵਿਰੋਧ ਇਸ ਗੱਲ ਵਿੱਚ ਹੁੰਦਾ ਹੈਗਾ ਕਿ ਅਗਲੇ ਦੀ ਨੀਅਤ ਜੋ ਤੁਹਾਨੂੰ ਸਮਝ ਆਉਂਦੀ ਆ ਨਾ ਫਿਰ ਜਿਹੜੇ ਜਾਗਦਿਆ ਜਮੀਰਾ ਵਾਲੇ ਹੁੰਦੇ ਨੇ ਜਿਹੜੇ ਸੁਚੇਤ ਹੁੰਦੇ ਨੇ ਫਿਰ ਉਹ ਕੀ ਕਰਦੇ ਹੁੰਦੇ ਭਲਾ ਜੋ ਸਾਬ ਜਿਆਦਾ ਨਾ ਕੀਤਾ ਸੀਗਾ ਉਹਨਾਂ ਨੇ ਸਿਰ ਨਹੀਂ ਝੁਕਾਇਆ ਉਹਨਾਂ ਨੇ ਪਹਿਲਾਂ ਪੈਰ ਅੰਦਰ ਪਾਇਆ ਪਹਿਲਾਂ ਪੈਰ ਅੰਦਰ ਉਹਨੂੰ ਜੁੱਤੀ ਵਿਖਾਈ ਐ ਵੀ ਅਸੀਂ ਤੇਰੀ ਜਿਹੜੀ ਆ ਨੀਅਤ ਉਹ ਆ ਨਾ ਜਿਹੜੀ ਤੂੰ ਲੈ ਕੇ ਘੁੰਮ ਰਿਹਾ ਅਸੀਂ ਇਹਨੂੰ ਜੁੱਤੀ ਵਿਖਾਉਨੇ ਆ ਸਿਰ ਉਹਨਾਂ ਨੇ ਬਾਅਦ ਵਿੱਚ ਫਿਰ ਖਿੜਕੀ ਥਾਣੀ ਅੰਦਰ ਲੰਘਾਇਆ ਔਰ ਉਸ ਤੋਂ ਬਾਅਦ ਆਪਾਂ ਇਤਿਹਾਸ ਸਾਰੇ ਜਾਣੇ ਸਮਝਦੇ ਆ ਪੜ੍ਹਿਆ ਹੋਇਆ ਸਾਰਿਆਂ ਨੇ ਆਪਾਂ ਸੁਣਿਆ ਹੋਇਆ ਆਪਾਂ ਗੱਲ ਕਰ ਰਹੇ ਆ ਯੋਗਾ ਆਪਾਂ ਗੱਲ ਕਰ ਰਹੇ ਹਾਂ ਗਤਕਾ ਦੇ ਹੜੇ ਦੀ ਉਹਦੇ ਬਰਾਬਰ ਇਹ ਕਿਉਂ ਕੀਤਾ ਗਿਆ ਉਹਦੇ ਬਰਾਬਰ ਸਿਰਫ ਇਸੇ ਕਰਕੇ ਕੀਤਾ ਗਿਆ ਕਿਉਂਕਿ ਉਹਨਾਂ ਦੀ ਜਿਹੜੀ ਇਹ ਨੀਅਤ ਹੋਣਾ ਵੀ ਖਾਲਸਾ ਜੀ ਤੁਹਾਡੇ ਕੋਲੋਂ ਤੁਹਾਡਾ ਆਪਣਾ ਨਿਆਰਾਪਣ ਖੋਲਣਾ ਉਹਨਾਂ ਨੇ ਜਿਹੜੀ ਕਿ ਉਹਨਾਂ ਦੇ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜੇ ਯਤਨ ਜਾਰੀ ਹੈ ਹੁਣ ਇੱਥੇ ਜਿਹੜੀ ਵੱਡੀ ਤਰਾਸਦੀ ਆ ਨਾ ਉਹ ਇਹ ਆ ਕਿ ਜਿਹੜੇ ਤਾਂ ਹੈਗੇ ਨੇ ਸੁਚੇਤ ਸਿੱਖ ਧਿਆਨ ਦੇਣਾ ਉਹ ਤਾਂ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਆ ਜਿਵੇਂ ਸਰਦਾਰ ਮਾਨਲੇ ਦਾ ਸਮਝਿਆ ਹੋਊਗਾ ਵੀ ਇਹ ਤੇ ਇਦਾਂ ਨੀਤ ਉਹਨਾਂ ਦੀ ਉਹਨਾਂ ਨੇ ਸਮਝ ਲਈ ਔਰ ਉਸ ਤੋਂ ਬਾਅਦ ਉਹਨਾਂ ਨੇ ਕੌਮਨ ਨੂੰ ਆਖਿਆ ਕਿ ਭਾਈ ਤੁਸੀਂ ਐਂ ਕਰੋ ਇਹਨਾਂ ਦੇ ਬਰਾਬਰ ਤੁਸੀਂ ਰੱਖੋ ਹੁਣ ਅੱਜ ਦੇ ਦਿਨ ਕੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਵ ਕਿ ਮਾਨ ਦਲ ਵਾਲਿਆਂ ਨੇ ਹੀ ਨਹੀਂ ਮਨਾਇਆ ਹੈਗਾ ਉਹਨਾਂ ਤੋਂ ਇਲਾਵਾ ਮੈਂ ਵੇਖ ਰਿਹਾ ਸੀ ਕਿ ਹੋਰ ਵੱਖ-ਵੱਖ ਥਾਂ ਵੱਖ-ਵੱਖ ਜਥੇਬੰਦੀਆਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਉਹਨਾਂ ਦੀ ਪਾਰਟੀ ਨਾਲ ਨਹੀਂ ਵੀ ਜੁੜੇ ਹੋਏ ਉਹਨਾਂ ਨੇ ਵੀ ਅੱਜ ਦੇ ਦਿਨ ਨੂੰ ਮਨਾਇਆ ਪਰ ਸਾਰਿਆਂ ਨੇ ਨਹੀਂ ਮਨਾਇਆ ਮੈਂ ਬੇਨਤੀ ਕਰਾਂ ਬਹੁਤੇ ਨੂੰ ਤਾਂ ਪਤਾ ਵੀ ਨਹੀਂ ਹੈਗਾ ਇੱਕ ਹੋਰ ਬੇਨਤੀ ਕਰਾਂ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਆ ਜਿਹੜੀ ਸਾਡੀ ਤਰਾਸਦੀ ਹੈ ਜਿਹੜੇ ਤਾਂ ਹੈਗੇ ਸੁਚੇਤ ਬਾਪਲੀ ਜਿਹੜੇ ਸੁਚੇਤ ਨਹੀਂ ਹੈਗੇ ਉਹ ਉਹ ਉਹੀ ਗੱਲ ਬਾਰ-ਬਾਰ ਲੈ ਇਹ ਇਹਨਾਂ ਕੋ ਹਰ ਗੱਲ ਦਾ ਵਿਰੋਧ ਹੀ ਹੁੰਦਾ ਬਸ ਇਹ ਰੱਖੜੀ ਦਾ ਵੀ ਵਿਰੋਧ ਕਰਦੇ ਆ ਇਹ ਦਸਹਰੇ ਦਾ ਵੀ ਵਿਰੋਧ ਕਰੀ ਜਾਂਦੇ ਆ ਇਹ ਜਦੋਂ ਹਾਂ ਕੰਜਕਾ ਆਉਂਦੀ ਆ ਉਦੋਂ ਵੀ ਵਿਰੋਧ ਕਰੀ ਜਾਂਦੇ ਆ ਜਦੋਂ ਫਲਾਨੀ ਗੱਲ ਹੁੰਦੀ ਆ ਧੰਕਾਨੀ ਗੱਲ ਹੁੰਦੀ ਇਹ ਹਰ ਗੱਲ ਦਾ ਵਿਰੋਧ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜੇ ਇੱਕੋ ਹੀ ਲਾਈਨ ਦੇ ਵਿੱਚ ਗੱਲ ਕਰਨੀ ਹੋਵੇ ਨਾ ਜ਼ਿਆਦਾ ਗੱਲਾਂ ਤੇ ਸਿਰਫ ਇਸ ਕਰਕੇ ਕਰਨੀਆਂ ਪੈਂਦੀਆਂ ਪਈ ਚੰਗੀ ਤਰ੍ਹਾਂ ਗੱਲ ਖਾਨੇ ਵੜ ਜਾਵੇ ਜੇ ਇੱਕੋ ਹੀ ਲਾਈਨ ਵਿੱਚ ਗੱਲ ਕਰਨੀ ਹੋਵੇ ਤਾਂ ਗੱਲ ਫਿਰ ਉਹੀ ਆ ਕਿ ਕੋਈ ਵੀ ਐਦਾਂ ਦੀ ਚੀਜ਼ ਜਿਹੜੀ ਤੁਹਾਨੂੰ ਤੁਹਾਡੇ ਆਪਣੇ ਨਿਆਰੇਪਣ ਦੇ ਨਾਲੋਂ ਤੁਹਾਡੇ ਆਪਣੇ ਚੰਗੇ ਤੇ ਉੱਚੇ ਸੁੱਚੇ ਔਸੂਲਾਂ ਦੇ ਨਾਲ ਤੋੜ ਕੇ ਹਿੰਦੂਤਵ ਦੇ ਨਾਲ ਜੋੜਦੀ ਹੋਵੇ ਬ੍ਰਾਹਮਣਵਾਦ ਦੇ ਨਾਲ ਜੋੜਦੀ ਹੋਵੇ ਉਹ ਕੰਮ ਤੁਸਾਂ ਨੇ ਨਹੀਂ ਕਰਨਾ ਜਦੋਂ ਅਗਲੀ ਦੀ ਨੀਅਤ ਹੋਵੇ ਵੀ ਤੁਹਾਨੂੰ ਝੁਕਾਉਣਾ ਹੈਗਾ ਆ ਭਾਵੇਂ ਕੰਮ ਉਹ ਠੀਕ ਹੀ ਹੋਵੇ ਪਰ ਅਗਲਾ ਤੁਹਾਨੂੰ ਝਕਾਉਣਾ ਚਾਹੁੰਦਾ ਹੋਵੇ ਅਗਲਾ ਤੁਹਾਨੂੰ ਆਪਦੀ ਲੱਤ ਦੇ ਥੱਲੇ ਰੱਖਣਾ ਚਾਹੁੰਦਾ ਹੋਵੇ ਤਾਂ ਖਾਲਸੇ ਨੇ ਇਦਾਂ ਕਦੀ ਨਾ ਅੱਗੇ ਹੋਣ ਦਿੱਤਾ ਨਾ ਅੱਜ ਹੋਣ ਦਿੱਤਾ ਤੁਸੀਂ ਆਪਣੇ ਆਸ-ਪਾਸੇ ਨਿਗਾਹ ਮਾਰ ਕੇ ਵੇਖੋ ਤੁਹਾਡੀਆਂ ਕਲੋਨੀਆਂ ਦੇ ਵਿੱਚ ਜਿਹੜੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਜਿਹੜੇ ਸਿੱਖ ਪਰਿਵਾਰ ਤੁਹਾਡੇ ਨਾਲ ਆਸੇ-ਪਾਸੇ ਕਈ ਵਾਰ ਕਿਉਂਕਿ ਆਪਾਂ ਜੁੜੇ ਨਹੀਂ ਹੋਏ ਬਹੁਤਾ ਜ਼ਿਆਦਾ ਨਾ ਆਪਾਂ ਆਪਣੇ ਸੱਭਿਆਚਾਰ ਤੋਂ ਜਾਣੂ ਆ ਨਾ ਆਪਾਂ ਆਪਣਾ ਇਤਿਹਾਸ ਕਦੀ ਪੜਿਆ ਹੈਗਾ ਨਾ ਆਪਾਂ ਗੁਰਬਾਣੀ ਦੇ ਅਰਥ ਭਾਵ ਚੰਗੀ ਤਰ੍ਹਾਂ ਸਮਝੇ ਪੜੇ ਹੈਗੇ ਉਂ ਆਪਾਂ ਕਈ ਵਾਰ ਬਾਰੇ ਬਹੁਤ ਪੜਦੇ ਐ ਇਸ ਗੱਲ ਵਿੱਚ ਕੋਈ ਹਰਜ ਨਹੀਂ ਐ ਸਾਡੇ ਆਪਣੇ ਛਾਤੀਆਂ ਮਾਰ ਕੇ ਵੇਖ ਲੋ ਆਪਾਂ ਦੇ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਬੀਬੀਆਂ ਅਸੀਂ ਦੁਪਹਿਰ ਨੂੰ ਵੀ ਅਸੀਂ ਚੁਪਹਿਰਾ ਵੀ ਕਰਦੇ ਆ ਅਸੀਂ ਸੁਖਮਨੀ ਸਾਹਿਬ ਦੇ ਪਾਠ ਵੀ ਕਰਦੇ ਆ ਅਸੀਂ ਸਾਰਾ ਕੁਝ ਹੀ ਬਹੁਤ ਬਹੁਤ ਪ੍ਰਭਾਤ ਫੇਰੀ ਵੀ ਕੱਢਦੇ ਆ ਸਵੇਰੇ ਸਵੇਰੇ ਸਾਰਾ ਕੁਝ ਅਸੀਂ ਕਰਦੇ ਆ ਅਮਰਤ ਵੇਲੇ ਸਾਰਾ ਕੁਝ ਕਰ ਦਿਆ ਦਿਨੇ ਵੀ ਦੁਪਹਿਰ ਨੂੰ ਵੀ ਸਾਰਾ ਕੁਝ ਕਰ ਹੀ ਜਾਂਦੇ ਆਪਾਂ ਲੇਕਿਨ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਜਿਹੜੀਆਂ ਗੱਲਾਂ ਸਮਝਾਈਆਂ ਹਨ ਉਹ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਲਾਗੂ ਨਹੀਂ ਹੁੰਦੀਆਂ ਉੱਥੇ ਆਣ ਕੇ ਫਿਰ ਅਸੀਂ ਖਵਾਰ ਹੁੰਨੇ ਆ ਉੱਥੇ ਫਿਰ ਅਗਲੇ ਸਾਨੂੰ ਸੱਟ ਮਾਰ ਕੇ ਜਾਂਦੇ ਆ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਕੀਤਾ ਕੀ ਉਹਨਾਂ ਨੇ ਭਲਾ ਸਾਡੇ ਇਲਾਕੇ ਦੇ ਵਿੱਚ ਵੀ ਆਏ ਜੀ ਉਹ ਉਹ ਆ ਕੇ ਇਦਾਂ ਕਹਿੰਦੇ ਆ ਵੀ ਤੁਸੀਂ ਆਪਣੇ ਗਲੀ ਮੁਹੱਲੇ ਵਿੱਚ ਇਲਾਕੇ ਦੇ ਵਿੱਚ ਕਿਸੇ ਕੋਈ ਇੱਕ ਅਦਾ ਬੰਦਾ ਜਿੱਦਾਂ ਕਹ ਲੋਂਦਾ ਉਹਨਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਕਹਿੰਦੇ ਕਿ ਤੁਸੀਂ ਨਾ 10 15 20 22 ਜਣੇ ਇਦਾਂ ਕਰ ਲਓ ਆਪਣੇ ਇਲਾਕੇ ਦੇ ਵਿੱਚ ਬੀਬੀਆਂ ਇਕੱਠੀਆਂ ਇਦਾਂ ਫਿਰ ਜਦੋਂ ਇੰਨੀਆਂ ਕੁ ਬੀਬੀਆਂ ਇਕੱਠੀਆਂ ਹੋ ਗਈਆਂ ਤਾਂ ਫਿਰ ਯੋਗਾ ਦੀ ਕਲਾਸ ਰਾਉਣ ਵਾਸਤੇ ਅਸੀਂ ਤੁਹਾਡੇ ਮੁਹੱਲੇ ਦੇ ਵਿੱਚ ਜਿਹੜੀ ਪਾਰਕ ਬਣੀ ਹੋਈ ਆ ਜਾਂ ਕੋਈ ਵੀ ਖਾਸ ਸਾਂਝੀ ਜੀ ਥਾਂ ਉੱਥੇ ਆੜ ਕੇ ਤੁਹਾਨੂੰ ਅਸੀਂ ਯੋਗਾ ਦੇ ਕੈਂਪ ਲਾਇਆ ਕਰਾਂਗੇ ਯੋਗਾ ਦੀਆਂ ਕਲਾਸਿਜ਼ ਲਗਾਇਆ ਕਰਾਂਗੇ ਜਿਸ ਦੇ ਨਾਲ ਤੁਹਾਡੀ ਸਿਹਤ ਠੀਕ ਰਿਹਾ ਕਰੂੰਗੀ ਉਹ ਫਿਰ ਆਣ ਕੇ ਪਰਿਵਾਰਾਂ ਦੇ ਨਾਲ ਗੱਲ ਕਰਦੇ ਆ ਹੁਣ ਇਹ ਤਾਂ ਹੈ ਨਹੀਂ ਬਈ ਹੁਣ ਇੱਕ ਇੱਕ ਕਲੋਨੀ ਵਿੱਚ ਇੱਕ ਅਦਾਈ ਬੰਦ ਇੱਕ ਅਦਾਈ ਪਰਿਵਾਰ ਜਾਂ ਕੋਈ ਇੱਕਾ ਦੁਕਾ ਹੀ ਬਹੁਤ ਘੱਟ ਹੁੰਦੇ ਜਿਹੜੇ ਸੁਚੇਤ ਹੁੰਦੇ ਜਿਹੜੇ ਇਸ ਗੱਲ ਨੂੰ ਸਮਝਦੇ ਹੁੰਦੇ ਆ ਹੁਣ ਜਦੋਂ ਉਹਨਾਂ ਵਿੱਚ ਜੇ ਕੋਈ ਉਹਨਾਂ ਨੂੰ ਆਖੇ ਨਾ ਵੀ ਭਾਈ ਸੁਚੇਤ ਰਹੋ ਠੀਕ ਆ ਤੁਹਾਡੀ ਸਿਹਤ ਠੀਕ ਹੋਣੀ ਆ ਪਰ ਉਹਨਾਂ ਦੀ ਇਸ ਗੱਲ ਦੇ ਪਿੱਛੇ ਮਨਸ਼ਾ ਕੁਝ ਹੋਰ ਆ ਵੀ ਤੁਸੀਂ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਹੋ ਜਿੱਥੇ ਤੁਸੀਂ ਗਤਕਾ ਜਿੱਥੇ ਯੋਗਾ ਕਰਨ ਬਾਰੇ ਸੋਚਦੇ ਹੋ ਉੱਥੇ ਤੁਸੀਂ ਕਿਉਂ ਨਹੀਂ ਇਕੱਠੇ ਹੋ ਕੇ ਗਤਕੇ ਦੀ ਸਖਲਾਈ ਦੇ ਕੋਈ ਕੈਂਪ ਲਾ ਲਓ ਤੁਹਾਡੇ ਬੱਚੇ ਵੀ ਤੰਦਰੁਸਤ ਰਹਿਣਗੇ ਤੁਹਾਡੇ ਬੱਚੇ ਵੀ ਠੀਕ ਰਹਿਣਗੇ ਇੱਕ ਬੇਨਤੀ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਪਰ ਨਾ ਇੱਕ ਲਾਈਨ ਲਿਖੀ ਹੋਈ ਘੁੰਮਦੀ ਸੀਗੀ ਬਈ 1100 ਵਰੇ ਕਹਿੰਦੇ ਗੁਲਾਮ ਰਹੇ ਉਹ ਲੋਕ ਕੌਣ ਭਲਾ ਯੋਗਾ ਦਿਵਸ ਵਾਲੇ ਔਰ ਜਿਹੜੇ ਗਤਕਾ ਦਿਹਾੜਾ ਬਣਾਉਣ ਵਾਲੇ ਸੀ ਜਿਹੜੇ ਗਤਕੇ ਵਾਲੇ ਸੀਗੇ ਉਹਨਾਂ ਨੇ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਦੀ ਸਿਰਜਣਾ ਕਰਤੀ ਹੈ ਨਾ ਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਸਿੱਖ ਰਾਜ ਕਾਇਮ ਕਰ ਦਿੱਤਾ ਸਿਕੋਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਖਾਲਸਾ ਰਾਜ ਆਪਾਂ ਸਾਰੇ ਜਾਣੇ ਭਲੀ ਭਾਂਤ ਜਾਣਦੇ ਹੀ ਹੈਗੇ ਆ ਸੋ ਉਹਨਾਂ ਨੇ ਆ ਕਈ ਸੁਜਣਾ ਗੱਲ ਇਹਦਾ ਸੋਸ਼ਲ ਮੀਡੀਆ ਦੇ ਉੱਪਰ ਲਿਖ ਕੇ ਤੇ ਉਹ ਪ੍ਰਚਾਰ ਦੇ ਹੈਗੇ ਆ ਕੋਈ ਮਦਿਆ ਤੁਹਾਡੇ ਵਿੱਚੋਂ ਬਹੁਤਿਆਂ ਨੇ ਇਹ ਸਾਰਾ ਕੁਝ ਦੇਖ ਹੁਣ ਗੱਲ ਇਹ ਵੀ ਸਾਡਾ ਜਿਹੜਾ ਸ਼ਰਨਮਤਾ ਇਤਿਹਾਸ ਆ ਸਾਨੂੰ ਪਤਾ ਹੀ ਨਹੀਂ ਹੈਗਾ ਔਰ ਉਹ ਜਿਹੜਾ ਇਤਿਹਾਸ ਸ਼ਰਨਮਤਾ ਉਹ ਸਿਰਜਿਆ ਕਿਵੇਂ ਗਿਆ ਹੈਗਾ ਨਾ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਆ ਵੀ ਕਿਦਾਂ ਸਿਰ ਜਾ ਗਿਆ ਅੱਜ ਤੁਸੀਂ ਆਪਣੇ ਆਸ-ਪਾਸੇ ਝਾਤ ਮਾਰ ਕੇ ਵੇਖੋ ਮੈਂ ਪਰਿਵਾਰਾਂ ਨੂੰ ਗੱਲ ਕਰਦਾ ਜਿਹੜੇ ਆਪਦੇ ਪਰਿਵਾਰ ਹੈਗੇ ਆਪਣੇ ਪੰਜਾਬ ਦੇ ਤੁਸੀਂ ਜਦੋਂ ਪੰਜਾਬ ਤੋਂ ਇਧਰ ਹਿਮਾਚਲ ਵੱਲ ਨੂੰ ਘੁੰਮਣ ਜਾਂਦੇ ਹੋ ਕਦੀ ਹਰਿਆਣੇ ਤੋਂ ਕੋਈ ਘਟਨਾ ਸਾਹਮਣੇ ਆਉਂਦੀ ਆ ਵੀ ਉੱਥੇ ਘੇਰ ਕੇ ਅਗਲੇ ਨੇ ਕਟਾਪਾ ਚੜਿਆ ਕੁੱਟਦੇ ਆ ਫਿਰ ਇੱਥੇ ਇੱਕ ਹੋਰ ਗੱਲ ਆਉਂਦੀ ਆ ਕਈ ਸੱਜਣ ਕਹਿੰਦੇ ਕਿ ਨਹੀਂ ਉੱਥੇ ਨੂੰ ਤੁਸੀਂ ਘੁੰਮਣ ਨਾ ਜਾਓ ਤੇ ਆਪ ਆਪਣੀ رائے ਆ ਮੈਂ ਨਹੀਂ ਕਹਣਾ ਕਿ ਮੇਰੀ ਗੱਲ ਦੇ ਨਾਲ ਸਾਰੇ ਜਣੇ ਸਹਿਮਤ ਹੋ ਜਾਓ ਪਰ ਮੇਰੇ ਆਪਣੇ ਜ਼ਿਹਨ ਵਿੱਚ ਇਹ ਗੱਲ ਘੁੰਮਦੀ ਹੈ ਵੀ ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਹਿਮਾਚਲ ਨੂੰ ਘੁੰਮਣ ਜਾਓ ਤਾਂ ਮੇਰੀ ਬੇਨਤੀ ਆ ਵੀ ਕਿਉਂ ਨਾ ਘੁੰਮਣ ਜਾਣ ਜੀ ਪੰਜਾਬ ਦੇ ਲੋਕ ਉੱਥੇ ਨੂੰ ਪੇ ਕੁੱਟਦੇ ਇਸ ਕਰਕੇ ਫਿਰ ਉਹ ਪੰਜਾਬ ਦੇ ਵਿੱਚ ਵੀ ਕੁੱਟਦੇ ਫਿਰ ਪੰਜਾਬ ਤੇ ਦਿੱਲੀ ਵੀ ਕੁੱਟਿਆ ਸੀ ਉਹਨਾਂ ਨੇ ਫਿਰ ਦਿੱਲੀ ਵੀ ਨਾ ਪੰਜਾਬ ਦੇ ਵਿੱਚ ਵੀ ਕੱਲ ਨੂੰ ਕੁੱਟਦੇ ਫਿਰ ਪੰਜਾਬ ਵੀ ਛੱਡ ਕੇ ਕਿੱਥੇ ਕਿੱਥੇ ਭੱਜ ਕਿੱਥੇ ਜਾਓਗੇ ਮੇਰਾ ਕਹਿਣ ਦਾ ਭਾਵ ਇਹ ਆ ਐਦਾ ਕਿਉਂ ਨਹੀਂ ਹੁੰਦੀ ਹੈਗੀ ਕਿ ਹਿਮਾਚਲ ਦੇ ਲੋਕ ਵੀ ਤਾਂ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਵੱਡੀ ਗਿਣਤੀ ਦੇ ਵਿੱਚ ਘਰ ਬਣਾ ਕੇ ਰਹਿੰਦੇ ਆ ਪੰਜਾਬ ਦੇ ਲੋਕ ਉੱਥੇ ਜੋਬ ਨਹੀਂ ਕਰ ਸਕਦੇ ਪੰਜਾਬ ਦੇ ਲੋਕ ਉੱਥੇ ਜ਼ਮੀਨਾਂ ਨਹੀਂ ਖਰੀਦ ਸਕਦੇ ਪਰ ਉਹ ਲੋਕ ਇੱਥੇ ਜੋਬ ਵੀ ਕਰਦੇ ਤੇ ਜ਼ਮੀਨਾਂ ਵੀ ਲੈਂਦੇ ਆ ਇੱਥੇ ਆਪਦੇ ਘਰ-ਬਾਰ ਬਣਾ ਕੇ ਪੱਕੇ ਵਾਸੀ ਬਣ ਕੇ ਰਹਿੰਦੇ ਵੀ ਹੈਗੇ ਹੁਣ ਉੱਥੇ ਗੱਲ ਫਿਰ ਬਹੁਤ ਸਾਰੇ ਲੋਕ ਐਦਾ ਵੀ ਕਹਿੰਦੇ ਆ ਔਰ ਹੈ ਵੀ ਆ ਗੱਲ ਇਹ ਮੈਂ ਤੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਨੀ ਚਾਹੁੰਦਾ ਭੜਿਓ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ ਸੁਚੇਤ ਹੋਵੋ ਕਿ ਤੁਹਾਨੂੰ ਇਸ ਗੱਲ ਦੀ ਵੀ ਕੋਈ ਫਿਕਰ ਨਹੀਂ ਹੁੰਦੀ ਹੈਗੀ ਜਦੋਂ ਤੁਸੀਂ ਪੰਜਾਬ ਤੋਂ ਗਏ ਹੋਏ ਕਿਸੇ ਪੰਜਾਬੀ ਨੂੰ ਉੱਥੇ ਆਪਣੇ ਸੂਬੇ ਦੇ ਵਿੱਚ ਫੜ ਕੇ ਕੁੱਟਦੇ ਹੋ ਤੁਹਾਨੂੰ ਉਸ ਵੇਲੇ ਇਸ ਗੱਲ ਦੀ ਕੋਈ ਫਿਕਰ ਨਹੀਂ ਹੁੰਦੀ ਹੈਗੀ ਕਿ ਤੁਹਾਡੇ ਆਪਣੇ ਹੀ ਸੂਬੇ ਦੇ ਲੋਕ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਆ ਜੇ ਪੰਜਾਬ ਦੇ ਲੋਕ ਵੀ ਉਹਨਾਂ ਦੇ ਵਾਲੇ ਦਾ ਹੋ ਜਾਣ ਫਿਰ ਪਹਿਲਾਂ ਦੱਸੋ ਕੀ ਬਣਿਆ ਜੀ ਇੱਥੇ ਕਈ ਲੋਕ ਤੁਹਾਨੂੰ ਇਦਾਂ ਦੇ ਵੀ ਮਿਲਣਗੇ ਜਿਹੜੇ ਕਹਿਣਗੇ ਜੀ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀਗਾ ਥੋੜਾ ਖਮਿਆਜਾ ਤਾਂ ਬਾਕੀਆਂ ਨੂੰ ਵੀ ਭੁਗਤਣਾ ਹੀ ਪੈਣਾ ਐ ਇਦਾਂ ਵੀ ਕਹਿੰਦੇ ਕਈ ਲੋਕ ਮੈਂ ਹੈਰਾਨ ਹੋ ਜਾਂਦਾ ਕਿ ਉਹ ਜਹੀ ਮੈਂਟੈਲਿਟੀ ਦੇ ਨੇ ਉਹ ਲੋਕ ਯੋਗਾ ਦਿਵਸ ਵੀ ਮਨਾਉਂਦੇ ਆ ਯੋਗਾ ਵੀ ਕਰਦੇ ਆ ਕਮਾਲ ਦੀ ਗੱਲ ਹੈਗੀ ਕਿਹੋ ਜੀ ਮੈਂਟੈਲਿਟੀ ਆ ਫਿਰ ਮੈਂ ਉਹਨਾਂ ਨੂੰ ਸਵਾਲ ਇਹ ਕਰਨਾ ਚਾਹੁੰਦਾ ਐ ਕਿ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਜੇ ਕੋਈ ਇੱਕ ਜਣਾ ਕਿਸੇ ਦੇ ਨਾਲ ਥੱਪੜ ਮਾਰੇ ਤੇ ਇਹਦਾ ਮਤਲਬ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਖਮਿਆਜਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੁੰਦਾ ਬਾਕੀਆਂ ਨੂੰ ਵੀ ਇਸ ਗੱਲ ਦੇ ਉੱਪਰ ਪੱਕੇ ਕੈਮਰੇ ਹੋ ਫਿਰ ਫਿਰ ਉੱਥੇ ਗੱਲ ਇਹ ਵੀ ਲਾਗੂ ਹੁੰਦੀ ਆ ਕਿ ਜੇ ਕੋਈ ਹੋਰ ਜਦੋਂ ਪੰਜਾਬ ਦੇ ਲੋਕ ਉੱਥੇ ਜਾਂਦੇ ਆ ਉੱਥੇ ਲੋਕ ਜੇ ਪੰਜਾਬਦਿਆਂ ਨਾ ਕੁੱਟਮਾਰ ਕਰਦੇ ਆ ਇਹਦਾ ਮਤਲਬ ਫਿਰ ਇੱਥੇ ਤੁਹਾਡਾ ਵੀ ਇਕੱਠਾ ਆਪ ਲੱਤ ਜਾ ਕਰੇ ਫਿਰ ਸਹਿਮਤ ਹੋ ਤੁਸੀਂ ਇਸ ਗੱਲ ਦੇ ਨਾਲ ਫਿਰ ਫਿਰ ਖੁਸ਼ ਰਹੂਗੇ ਫਿਰ ਦੂਏ ਪਾਸੇ ਨੂੰ ਹੋ ਜਾਣਾ ਨਹੀਂ ਨਹੀਂ ਹਾਲਾਂਕਿ ਜਿਹੜੀ ਉਹ ਘਟਨਾ ਸੀ ਨਾ ਕੰਗਣਾ ਰਣੌਤ ਨੇ ਲਫਜ਼ ਬੋਲਿਆ ਜਿਹੜਾ ਵੀ ਬੋਲਿਆ ਔਰ ਬੀਬੀ ਨੇ ਕੰਗਣਾ ਰਣੌਤ ਨੂੰ ਹੀ ਜਵਾਬ ਦਿੱਤਾ ਚੰਗਾ ਦਿੱਤਾ ਮਾੜਾ ਤਾਂ ਜਿੱਦਾਂ ਦਾ ਵੀ ਦਿੱਤਾ ਔਰ ਉਹਦਾ ਖਮਿਆਜ਼ਾ ਅਗਲੀ ਭੁਗਤੂਗੀ ਨਾ ਉਹ ਸ਼ਾਨ ਦੇ ਨਾਲ ਭੁਗਤੂਗੀ ਭਾਵੇਂ ਜਿੱਦਾ ਮਰਜੀ ਭੁਗਤੇ ਅਗਲੀ ਜਾਣੇ ਪਰ ਸਿੱਧੀ ਸਿੱਧੀ ਗੱਲ ਹੋਈ ਆ ਨਾ ਇਹ ਥੋੜੀ ਗੱਲ ਕੋਈ ਹੈਗੀ ਆ ਕਿ ਜੇ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਿਆ ਇਹ ਉਹ ਲੋਕ ਹੈਗੇ ਆ ਜਿਹੜੇ ਇਦਾਂ ਨਹੀਂ ਕਰਦੇ ਹੈਗੇ ਜਿਹੜੇ ਪੀੜਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਜਿਨ੍ਹਾਂ ਦਾ ਉਸ ਗੱਲ ਦੇ ਨਾਲ ਕੋਈ ਵਾਅ ਵਾਸਤਾ ਵੀ ਨਹੀਂ ਹੁੰਦਾ ਹੁੰਦਾ ਉਹਨਾਂ ਨੂੰ ਵੀ ਟਾਰਗੇਟ ਕਰਦੇ ਆ ਮੈਂ ਬੇਨਤੀ ਕਰ ਮੈਂ ਯੋਗਾ ਦੀ ਔਰ ਨਾਲ ਇਹਦੀ ਤੁਲਨਾ ਕਰ ਰਿਹਾ ਹੈਗਾ ਗਤਕਾ ਦਿਹਾੜੇ ਦੀ ਹੁਣ ਗਤਕਾ ਖੇਡਣ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗੁੜਤੀ ਦਿੱਤੀ ਆ ਉਹ ਨਹੀਂ ਇਦਾਂ ਕਰਦੇ ਹੈਗੇ ਉਹਨਾਂ ਨੇ ਤਾਂ ਚੁਣ-ਚੁਣ ਕੇ ਸਪੈਸ਼ਲ ਬਕਾਇਦਾ ਆਪਾਂ ਇਤਿਹਾਸ ਪੜ੍ਹ ਕੇ ਪੁਰਾਣਾ ਪੜ੍ਹ ਲਓ ਚਾਹੇ ਚਾਹਿਆ ਨਵਾਂ ਪੜ੍ਹ ਕੇ ਵੇਖ ਲਓ 1947 ਤੋਂ ਬਾਅਦ 1984 ਤੋਂ ਬਾਅਦ ਆੜਾ ਪੜ੍ਹ ਕੇ ਵੇਖ ਲਓ ਜਦੋਂ ਖਾਰਕੂ ਸੰਘਰਸ਼ ਵੀ ਚੱਲਿਆ ਹੈਗਾ ਐਦਾ ਤਾਂ ਨਹੀਂ ਹੋਇਆ ਨਾ ਕਿਤੇ ਵੀ ਵੀ ਜੇ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਪਰ ਟੈਂਕਾਂ ਦੇ ਤੂਪਾਂ ਦੇ ਨਾਲ ਹਮਲਾ ਕੀਤਾ ਗਿਆ ਇੱਥੋਂ ਦੀ ਹਕੂਮਤ ਦੇ ਵੱਲੋਂ ਤਾਂ ਫਿਰ ਇੱਥੇ ਐਦਾ ਤਾਂ ਨਹੀਂ ਹੋਣਾ ਵੀ ਸਿੱਖਾਂ ਨੇ ਪੰਜਾਬ ਦੇ ਜਾਂ ਪੰਜਾਬੋਂ ਬਾਹਰ ਹੋਰ ਪਾਸੇ ਜਾਂ ਇੱਥੇ ਪੰਜਾਬ ਦੇ ਵਿੱਚ ਚਲੋ ਕਿਹਾ ਜਾਂਦਾ ਵੀ ਸਿੱਖ ਬਹੁਤ ਗਿਣਤੀ ਬਸੋਂ ਵਾਲਾ ਸੂਬਾ ਹੈ ਬੈਥੇ ਫੜਫੜ ਕੇ ਉਹਨਾਂ ਨੇ ਉਹਨਾਂ ਦੇ ਘਰ ਫੂਕ ਦਿੱਤੇ ਐਦਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਨਾ ਸਿੱਖਾਂ ਨੇ ਕੀਤਾ ਕੀ ਭਲਾ ਸਿੱਧਾ ਇੰਦਰਾ ਗਾਂਧੀ ਦੇ ਨਾਲ ਹੀ ਟੱਕਰਿਆ ਨਾ ਐਦਾਂ ਹੀ ਹੋਈ ਆ ਆ ਕਿਹੋ ਜੀ ਮੈਂਟੈਲਿਟੀ ਹੋਈ ਮੈਂ ਹੈਰਾਨ ਹੁੰਦਾ ਹੈਗਾ ਔਰ ਕਿਸ ਕਿਸਮ ਦੀ ਮੈਂਟੈਲਿਟੀ ਵਾਲੇ ਲੋਕ ਤੁਹਾਡੇ ਸਾਹਮਣੇ ਕੁਝ ਵੀ ਪਰੋਸ ਕੇ ਰੱਖਦੇ ਆ ਔਰ ਤੁਹਾਨੂੰ ਕਹਿੰਦੇ ਕਿ ਤੁਹਾਡੇ ਭਲੇ ਵਾਸਤੇ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਯੋਗਾ ਹੋ ਸਕਦਾ ਭਲਾ ਕਰਦਾ ਹੋਵੇ ਕਿਉਂ ਨਾ ਕਰਦਾ ਹੂੰਗਾ ਵੀ ਕਰਦਾ ਹੀ ਹੂੰਗਾ ਸਰੀਰ ਨੂੰ ਤੰਦਰੁਸਤ ਰੱਖਦਾ ਹੂੰਗਾ ਪਰ ਜਿਸ ਮਾਨਸਿਕਤਾ ਦੇ ਨਾਲ ਜੇ ਸਾਜਿਸ਼ ਦੇ ਤਹਿਤ ਉਹ ਕੋਈ ਚੰਗੀ ਚੀਜ਼ ਤੁਹਾਡੇ ਮੂਰੇ ਰੱਖਦੇ ਹੈ ਗਿਆ ਉਹਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ ਜਿਵੇਂ ਕਿ ਕਈ ਵਾਰ ਕੋਈ ਕਿਸੇ ਨੂੰ ਆਖੇ ਨਾ ਪਿਆ ਲਓ ਜੀ ਤੁਹਾਨੂੰ ਆਪਾਂ ਥਾਲੀ ਵਿੱਚ ਪ੍ਰੋਸਪਰੋਸ ਕੇ ਵਧੀਆ-ਵਧੀਆ ਪਕਵਾਨ ਖਿਲਾਉਨੇ ਆ ਲਓ ਜੀ ਤੁਹਾਡੀ ਆਪਾਂ ਪੂਰੀ ਰਜਮੀ ਆਉ ਭਗਤ ਕਰਦੇ ਆ ਕਈ ਵਾਰ ਆਪਾਂ ਕਰਵਾ ਵੀ ਲੈਂਦੇ ਆ ਪੂਰੀ ਆਉ ਭਗਤ ਪਰ ਕਈ ਵਾਰ ਸਾਨੂੰ ਪਤਾ ਹੁੰਦਾ ਵੀ ਇਹਦੇ ਪਿੱਛੇ ਮਨਸ਼ਾ ਅਗਲੇ ਦੀ ਕੁਝ ਹੋਰ ਆ ਇਹਨੇ ਮੇਰੇ ਕੋਲੋਂ ਕੁਝ ਫਾਇਦਾ ਲੈਣਾ ਆ ਉਸ ਵੇਲੇ ਫਿਰ ਆਪਾਂ ਭਲਾ ਕੀ ਕਹਿੰਨੇ ਆ ਅਸੀਂ ਕਹਿੰਨੇ ਭਈ ਨਹੀਂ ਨਹੀਂ ਸਾਡੇ ਨਾਲ ਦਾ ਵੀ ਕਈ ਵਾਰ ਸਾਨੂੰ ਟੋਕ ਦਿੰਦਾ ਨਾ ਕਹਿੰਦਾ ਇਦਾਂ ਨਾ ਕਰੀ ਇਹ ਇਦਾਂ ਦਾ ਹੈ ਤਾਂ ਹੈ ਨਹੀਂ ਆ ਵੀ ਤੁਹਾਡਾ ਭਲਾ ਚਾਹੁੰਦਾ ਹੋਵੇ ਵੀ ਤੁਹਾਨੂੰ ਇਹਨਾਂ ਖਾਣਾ ਖਵਾਉਣਾ ਚਾਹੁੰਦਾ ਹੋਵੇ ਸੁਚੇਤ ਰਹੋ ਉਹ ਫੇ ਤੁਹਾਨੂੰ ਕਹਿੰਦਾ ਫਿਰ ਕਈ ਵੇਪਰ ਸੁਚੇਤ ਹੋਏ ਨਹੀਂ ਕਹਿੰਦੇ ਵੀ ਨਹੀਂ ਨਹੀਂ ਮੈਂ ਰੋਟੀ ਖਾ ਕੇ ਆਇਆ ਮੈਂ ਰਾਜ ਕੇ ਆ ਆਪਾਂ ਕਹਿੰਦੇ ਨਾ ਇਦਾਂ ਪਰ ਜਦੋਂ ਇੱਥੇ ਸਾਡੇ ਆਸੇ ਪਾਸੇ ਸਾਰਾ ਕੁਝ ਵਰਤਨ ਡਿਆ ਹੁੰਦਾ ਉਸ ਵੇਲੇ ਆਪਾਂ ਸੁਚੇਤ ਕਿਉਂ ਨਹੀਂ ਹੁੰਦੇ ਨਹੀਂ ਨਹੀਂ ਕੋਈ ਓਡੀ ਗੱਲ ਨਹੀਂ ਹੈਗੀ ਫ੍ਰੀ 'ਚ ਹੀ ਆ ਉਹਨਾਂ ਨੇ ਕਿਹੜੇ ਪੈਸੇ ਲੈਣੇ ਆ ਮੈਂ ਬੇਨਤੀ ਕਰਾਂ ਪੈਸੇ ਖਰਚ ਕੇ ਹੀ ਚਾਹੇ ਕਰਨਾ ਪਵੇ ਗਤਕੇ ਦੀਆਂ ਕਲਾਸਾਂ ਦਾ ਆਪਣੇ ਹੱਸੇ ਪਾਸੇ ਪ੍ਰਬੰਧਕ ਕਿਉਂ ਨਹੀਂ ਕਰਵਾਉਂਦੇ ਖਾਲਸਾ ਜੀ ਸੋਚੋ ਇੱਕੋ ਉਦਾਹਰਣ ਦਿੱਤੀ ਆ ਉਦਾਹਰਣਾਂ ਬੜੀਆਂ ਹੈਗੀਆਂ ਨੇ 7 ਅਤੇ 9 ਸਾਲ ਦੀ ਉਮਰ ਦੇ ਉਹ ਬੱਚੇ ਜਿਹੜੇ ਬਾਬੇ ਹੋ ਨਿਬੜੇ ਉਸ ਸਮੇਂ ਦੀ ਹਕੂਮਤ ਦੀ ਚਾਲ ਨੂੰ ਸਮਝਦੇ ਸੀਗੇ ਕਿ ਸਾਨੂੰ ਝੁਕਾਉਣਾ ਚਾਹੁੰਦੇ ਆ ਅਸੀਂ ਨਹੀਂ ਝੁਕਣਾ ਉਹਨਾਂ ਨੇ ਪੈਰ ਪਹਿਲਾਂ ਅੰਦਰ ਕੀਤੇ ਸੀਗੇ ਸਿਰ ਬਾਹਰ ਚਲ ਗਿਆ ਸੀਗਾ ਬਾਬਾ ਜ਼ੁਰਾਬਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਅਸੀਂ ਉਹਨਾਂ ਦੇ ਵਾਰਸ ਆ ਜੇ ਇੰਨੀ ਕੁ ਉਮਰ ਦੇ ਬੱਚੇ ਇੰਨੀ ਜ਼ਿਆਦਾ ਸੂਝ-ਬੂਝ ਰੱਖਦੇ ਆ ਤਾਂ ਸਾਡੀਆਂ ਤੇ ਉਮਰਾਂ ਹੀ ਵਧੇਰੀਆਂ ਹੋ ਗਈਆਂ ਅਸੀਂ ਭਲਾ ਕਿਉਂ ਸਤਰਕ ਤੇ ਸੁਚੇਤ ਨਹੀਂ ਅਸੀਂ ਕਿਉਂ ਆਪਣੀ ਕਲੋਨੀ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਜਿਹੜਾ ਕੋਈ ਇੱਕਾ ਦੁੱਕਾ ਕੋਈ ਸੱਜਣ ਕੋਈ ਗੱਲ ਕਰਦਾ ਵੀ ਹੈਗਾ ਲੈ ਇਹ ਨੂੰ ਹੀ ਬੜਾ ਇਦਾਂ ਪਿਆ ਆ ਮੈਂ ਬੇਨਤੀ ਕਰਾਂ ਉਹ ਕੁਝ ਲੋਕ ਕੀ ਹੁੰਦੇ ਆ ਕਈ ਵਾਰ ਜਿਹੜੇ ਲੋਕ ਵਹਿਣ ਦੇ ਵਿੱਚ ਐ ਨਾਲ ਹੀ ਵਹਿ ਜਾਂਦੇ ਹੁੰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਲਿਓ ਜਦੋਂ ਉਹਨਾਂ ਨੇ 84 ਵਾਪਰੀ ਸੀ ਨਾ ਇਹ ਨਹੀਂ ਸੀ ਵੇਖਿਆ ਤੇ ਇਹ ਲੋਕ ਵਹਿਣ ਚ ਵਹਿਣ ਵਾਲੇ ਆ ਜਾਂ ਖੜੇ ਹੋਣ ਵਾਲੇ ਆ ਭੀੜਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਤੁਹਾਡਾ ਸਾਰਿਆਂ ਦਾ ਉਹ ਸਾਰਾ ਕੁਝ ਕੀਤਾ ਉਹਨਾਂ ਨੇ ਇਤਿਹਾਸ ਪੜ ਕੇ ਵੇਖ ਲਓ ਇਹਨਾਂ ਦਾ ਪੁਰਾਣਾ ਪੜ ਕੇ ਵੇਖ ਲਓ ਚਾਹੇ ਹੁਣ ਵਾਲਾ ਪੜ ਕੇ ਵੇਖ ਲਓ ਕਿੱਥੇ ਭੱਲੇ ਫਿਰਦੇ ਰਹਿੰਦੇ ਹੋ ਸਵਾਜ ਆ ਕੇ ਮੇਰੇ ਕਹਿਣ ਦਾ ਭਾਵ ਇਹ ਹੀ ਆ ਇੱਕੋ ਹੀ ਲਾਈਨ ਦੇ ਵਿੱਚ ਤੀਜੀ ਵਾਰੀ ਗੱਲ ਕਹਿਣ ਲੱਗਾ ਯੋਗਾ ਦਿਵਸ ਦੇ ਬਰਾਬਰ ਗਤਕਾ ਦਿਹਾੜਾ ਮਨਾਉਣ ਦੀ ਜਿਹੜੀ ਵਜ੍ਹਾ ਆ ਨਾ ਇਸ ਸਵਾਲ ਦਾ ਜਵਾਬ ਕੇਵਲ ਤੇ ਕੇਵਲ ਇਹੀ ਆ ਵੀ ਜਿਹੜੀ ਚੀਜ਼ ਤੁਹਾਨੂੰ ਆਪਣੇ ਵਿਰਸੇ ਦੇ ਨਾਲੋਂ ਜੋੜ ਤੋੜਦੀ ਹੋਵੇ ਆਪਣੇ ਸੱਭਿਆਚਾਰ ਆਪਣੇ ਕਲਚਰ ਦੇ ਨਾਲੋਂ ਤੋੜਦੀ ਹੋਵੇ ਤੇ ਉਹਨਾਂ ਦੇ ਕਿਸੇ ਹੋਰ ਏਜੰਡੇ ਦੇ ਨਾਲ ਜੋੜਦੀ ਹੋਵੇ ਉਹਦੇ ਤੋਂ ਸੁਚੇਤ ਰਹੋ ਉਹਦੇ ਤੋਂ ਦੂਰੀ ਬਣਾ ਕੇ ਰੱਖੋ ਔਰ ਤਿਰਛੀ ਅੱਖ ਦੇ ਨਾਲ ਵੇਖੋ ਵੀ ਉਹ ਕਰ ਕੀ ਰਹੇ ਨੇ ਜੋ ਉਹਨਾਂ ਦਾ ਏਜੰਡਾ ਹੈ ਤੁਸੀਂ ਉਹਨਾਂ ਵੱਲੋਂ ਫੈਲਾਏ ਹੋਏ ਜਾਲ ਦੇ ਵਿੱਚ ਖਾਲਸਾ ਜੀ ਪੰਜਾਬੀਓ ਹੌਲੀ-ਹੌਲੀ ਕਰਕੇ ਫਸਦੇ ਜਾ ਰਹੇ ਹੋ ਤੁਹਾਡੀ ਅਡਰੀ ਅਤੇ ਨਿਆਰੀ ਹੋ ਦਸਤੀ ਤੁਹਾਡੀ ਪਛਾਣ ਖਤਮ ਹੋ ਜਾਣੀ ਹੈ ਤੁਸੀਂ ਕਿਸੇ ਕੱਲੇ ਦੇ ਕਹਿਣ ਦੇ ਮਗਰ ਨਾ ਲੱਗਿਓ ਨਾ ਮੇਰੇ ਪਿੱਛੇ ਲੱਗੋ ਨਾ ਮਾਨ ਸਾਹਿਬ ਦੇ ਪਿੱਛੇ ਲੱਗੋ ਨਾ ਕਿਸੇ ਹੋਰ ਦੇ ਪਿੱਛੇ ਲੱਗੋ ਨਾ ਉਹਨਾਂ ਲੋਕਾਂ ਦੇ ਪਿੱਛੇ ਲੱਗੋ ਜਿਹੜੀਆਂ ਧਿਰਾਂ ਜਿਨ੍ਹਾਂ ਜਥੇਬੰਦੀਆਂ ਨੇ ਅੱਜ ਇਸ ਗੱਲ ਨੂੰ ਸਮਝਿਆ ਜਿਹੜੇ ਗੱਲ ਮੈਂ ਕਰ ਰਿਹਾ ਪਹਿਲਾਂ ਵੀ ਸਮਝਿਆ ਜਿਨ੍ਹਾਂ ਨੇ ਔਰ ਜਿਨ੍ਹਾਂ ਨੇ ਗਤਕਾ ਦਿਹਾੜਾ ਮਨਾਇਆ ਨਾ ਉਹਨਾਂ ਦੇ ਪਿੱਛੇ ਲੱਗੋ ਤੁਸੀਂ ਆਪ ਖੁਦ ਗੁਰਬਾਣੀ ਦਾ 1430 ਅੰਗ ਇੱਕ ਵਾਰਾਂ ਘੱਟੋ-ਘੱਟ ਅਰਥਾਂ ਸਹਿਤ ਪਾਠ ਜ਼ਰੂਰ ਕਰ ਲੋ ਗੁਰਬਾਣੀ ਦੇ ਅਰਥ ਭਾਵ ਸਾਨੂੰ ਸਮਝ ਆ ਜਾਣ ਇੱਕ ਕੰਮ ਤੇ ਦੂਜਾ ਕੰਮ 18ਵੀਂ ਸਦੀ ਦਾ ਸਿੱਖ ਇਤਿਹਾਸ ਖਾਲਸਾ ਜੀ ਘੱਟੋ-ਘੱਟ ਜ਼ਰੂਰ ਪੜ ਲਓ ਦੂਜੀ ਗੱਲ ਤੀਜਾ ਚਾਰ ਵਾਜੀ ਤੀਜਾ ਸਿੱਖ ਰਹਿਤ ਮਰਿਆਦਾ ਪੰਥ ਪ੍ਰਬੰਧ ਜੇ ਆਪਾਂ ਜਿਹਨੂੰ ਕਹਿੰਦੇ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀ ਜਾਂਦੀ ਆ ਬਿਲਕੁਲ ਫ੍ਰੀ ਆ ਜੀ ਅੱਛਾ ਜਿਹੜੇ ਜਿਹੜਾ ਕਹਿੰਦੇ ਯੋਗਾ ਫ੍ਰੀ ਆ ਤਾਂ ਕਰਕੇ ਆਪਾਂ ਤਾਂ ਕਰ ਲੈ ਉਹ ਵੀ ਤਾਂ ਫ੍ਰੀ ਆ ਕਾਪੀ ਮਿਲਦੀ ਛੋਟੀ ਜਹੀ ਆ ਕਦੀ ਪੜਿਆ ਭਲਾ ਉਹ ਚ ਕੀ ਲਿਖਿਆ ਹੋਇਆ ਸਿੱਖ ਦੀ ਡੈਫੀਨੇਸ਼ਨ ਤੋਂ ਲੈ ਕੇ ਜਨਮ ਤੋਂ ਲੈ ਕੇ ਮਰਤਕ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈਗਾ ਚੜ੍ਹਾਈ ਕਰਨ ਤੋਂ ਬਾਅਦ ਤੱਕ ਉਹਦੇ ਨਿਮਿਤ ਜਿਹੜੇ ਕਰਮ ਕੀਤੇ ਜਾਂਦੇ ਨੇ ਕਿੱਦਾਂ ਕਰਨੇ ਆ ਕੀ ਕਰਨਾ ਸਾਰਾ ਕੁਝ ਲਿਖਿਆ ਹੋਇਆ ਉਹ ਤਾਂ ਆਪਾਂ ਪੜਦੇ ਨਹੀਂ ਉਹ ਕਿਉਂ ਨਹੀਂ ਉਹ ਵੀ ਤਾਂ ਫ੍ਰੀ ਆ ਭਲਾ ਅਸਲ ਵਿੱਚ ਗੱਲ ਪਤਾ ਕੀ ਹੈਗੀ ਆ ਅਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਅਸੀਂ ਉਹ ਲੋਕ ਹਾਂ ਖਾਲਸਾ ਜੀ ਜਿਹੜੇ ਸੁਚੇਤ ਨਹੀਂ ਹੈਗੇ ਕਿੰਨੇ ਜ਼ਰੂਰ ਹੈਗੇ ਕਿ ਅਸੀਂ ਤਾਂ ਬਹੁਤ ਜ਼ਿਆਦਾ ਸੁਚੇਤ ਆ ਪਰ ਹੌਲੀ ਹੌਲੀ ਕਰਕੇ ਸਮੇਂ ਦੇ ਵਹਿਣ ਦੇ ਨਾਲ ਵਹਿਣ ਵਾਲਿਆਂ ਆ ਆਪਾਂ ਬਹੁਤ ਸਾਰੇ ਲੋਕ ਸੋ ਉਹ ਪੜੀਏ ਇੱਕ ਸਿੱਖ ਰਹਿਤ ਮਰਿਆਦਾ ਉਹਦੇ ਵਿੱਚ ਸ਼ਖਸੀ ਜਿਹੜੀ ਸਾਡੀ ਪਰਸਨਲ ਲਾਈਫ ਆ ਆਪਾਂ ਜਿਹਨੂੰ ਕਹਿੰਦੇ ਆ ਉਹ ਅਤੇ ਪੰਥਕ ਰਹਿਣੀ ਸਾਡੀ ਜਿਹੜੇ ਆਪਾਂ ਪੰਥ ਦੇ ਵਿੱਚ ਦੇ ਵਿੱਚ ਵਿਚਰਨਾ ਅਸੀਂ ਉਹ ਦੋਨੇ ਚੀਜ਼ਾਂ ਲਿਖੀਆਂ ਹੋਈਆਂ ਕਿਦਾਂ ਸਾਰਾ ਕੁਝ ਕਿਦਾਂ ਔਰ ਚੌਥੀ ਜਿਹੜੀ ਗੱਲ ਹੈਗੀ ਆ ਜੋ ਇਸ ਵੇਲੇ ਚੱਲ ਰਿਹਾ ਜੇ ਨੂੰ ਕਹਿੰਦੇ ਕਿ ਮੁਲਕ ਆਜ਼ਾਦ ਹੋ ਗਿਆ ਸਗਾ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵੇਲੇ ਜੋ ਵਰਤਾਰੇ ਵਾਪਰ ਰਹੇ ਆ ਨਾ ਜਦੋਂ ਪਹਿਲੀਆਂ ਤਿੰਨ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੜਿਆ ਹੋਊਗਾ ਨਾ ਫਿਰ ਜਿਹੜੀਆਂ ਹੁਣ ਆਸੇ ਪਾਸੇ ਘਟਨਾਵਾਂ ਹੋ ਰਹੀਆਂ ਜਾਂ ਸਰਕਾਰ ਵੱਲੋਂ ਤੁਹਾਡੇ ਉੱਪਰ ਭਾਵੇਂ ਧੱਕੇ ਨਾਲ ਭਾਵੇਂ ਤਰੀਕੇ ਨਾਲ ਭਾਵੇਂ ਪਿਆਰ ਦੇ ਨਾਲ ਭਾਵੇਂ ਪੁਚਕਾਰ ਜਿਹਾ ਕਿ ਇਦਾਂ ਤੁਹਾਡੇ ਆਸੇ ਪਾਸੇ ਜੋ ਵੀ ਪਸਾਰੇ ਪਸਾਰੇ ਜਾਂਦੇ ਨੇ ਨਾ ਫਿਰ ਤੁਹਾਨੂੰ ਸਹਿਜੇ ਹੀ ਸਮਝਾਉਣ ਲੱਪਣੀਆਂ ਕਿਸੇ ਤੋਂ ਪ੍ਰਭਾਵਿਤ ਹੋਣ ਦੀ ਜ਼ਰੂਰਤ ਨਹੀਂ ਹੈਗੀ ਵੀ ਮੈਨੂੰ ਫਲਾਣੇ ਨੇ ਕਿਹਾ ਸੀਗਾ ਤਾਂ ਮੈਨੂੰ ਸਮਝ ਆਈ ਹੈ ਆਪ ਨੂੰ ਵੀ ਚੰਗੀ ਤਰ੍ਹਾਂ ਸਮਝ ਆਉਣ ਲੱਪਊਗੀ ਮੈਂ ਤਾਂ ਆਹੀ ਕੁਝ ਸਮਝਿਆ ਜੀ ਮੈਨੂੰ ਤਾਂ ਕਿਸੇ ਨੇ ਨਹੀਂ ਆਖਿਆ ਮੈਂ ਤੇ ਆਹੀ ਗੱਲ ਸਮਝਿਆ ਔਰ ਜਿਹੜੀ ਗੱਲ ਮੈਂ ਸਮਝਿਆ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਇਸ ਕਰਕੇ ਸੁਚੇਤ ਸਿੱਖ ਵਿਰੋਧ ਕਰਦੇ ਆ ਇਹਦਾ ਨਾ ਕਿ ਇਸ ਕਰਕੇ ਵਿਰੋਧ ਕਰਦੇ ਆ ਵੀ ਯੋਗਾ ਤਾਂ ਸਾਨੂੰ ਚੰਗਾ ਹੀ ਨਹੀਂ ਲੱਗਦਾ ਹੈਗਾ ਯਈਆ ਅਖਰ ਸਾਨੂੰ ਬਹੁਤ ਪਸੰਦ ਆਵਾ ਜੀ ਹੋੜਾ ਸਾਨੂੰ ਬਹੁਤ ਪਸੰਦ ਆ ਗੱਗਾ ਗੱਗੇ ਨੂੰ ਲੱਗਦਾ ਕੰਨਾ ਸਾਨੂੰ ਤਾਂ ਬਹੁਤ ਪਸੰਦ ਆਵਾ ਜੀ ਯੋਗਾ ਔਰ ਜਿਹੜੇ ਯੋਗਾ ਕਰਦੇ ਹੈਗੇ ਸਾਨੂੰ ਉਹ ਵੀ ਬੜੇ ਵਧੀਆ ਲੱਗਦੇ ਆ ਮੈਨੂੰ ਤੇ ਵਧੀਆ ਲੱਗਦੇ ਜੀ ਜਦੋਂ ਯੋਗਾ ਕਰਦੇ ਆ ਜਿਹੜੇ ਪਰ ਜਿਸ ਮੰਦ ਭਾਵਨਾ ਦੇ ਤਹਿਤ ਜਿਸ ਏਜੰਡੇ ਦੇ ਤਹਿਤ ਉਹ ਆ ਸਾਰਾ ਕੁਝ ਸਾਡੇ ਉੱਪਰ ਥੋਪ ਰਹੇ ਨੇ ਨਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹ ਚੀਜ਼ ਨਹੀਂ ਪਸੰਦ ਹੈਗੀ ਬਸ ਐਨੀ ਕੁ ਗੱਲ ਵਾ ਇਸੇ ਕਰਕੇ ਮੈਂ ਇਹ ਗੱਲ ਕਹਿ ਰਿਹਾ ਜਾਂ ਸਿੱਖਾਂ ਨੇ ਸੁਚੇਤ ਜਿਹੜੇ ਸਿੱਖ ਹੈਗੇ ਉਹਨਾਂ ਨੇ ਕਰਕੇ ਵਿਖਾਇਆ ਬਕਾਇਦਾ ਕਿ ਯੋਗਾ ਦਿਵਸ ਨਹੀਂ ਅਸੀਂ ਗਤਕਾ ਦਿਹਾੜਾ ਮਨਾਵਾ ਗਏ ਔਰ ਹਰੇਕ ਵਰੇ ਮਨਾਇਆ ਕਰਾਂਗੇ ਔਰ ਮੇਰੀ ਬੇਨਤੀ ਆ ਕਿ ਹਰੇਕ ਵਰੇ ਨਹੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਣੇ ਆਸੇ ਪਾਸੇ ਇਲਾਕੇ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਹੋ ਸਕੇ ਜਿਹੜੇ ਆਪਣੇ ਪਰਿਵਾਰਾਂ ਦੇ ਬੱਚੇ ਹੈਗੇ ਆ ਉਹਨਾਂ ਨੂੰ ਗਤਕਾ ਸਿਖਾਇਆ ਜਾਵੇ ਉਹਨਾਂ ਦੀ ਗਤਕੇ ਦੀਆਂ ਕਲਾਸਾਂ ਲੱਗਣ ਔਰ ਨਾਲ ਗੁਰਮਤ ਦੇ ਕੈਂਪ ਲੱਗਣ ਔਰ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਵੇ ਇੰਨੀ ਜ਼ਿਆਦਾ ਟ੍ਰੇਨਿੰਗ ਦਿੱਤੀ ਜਾਵੇ ਕਿ ਉਹਨਾਂ ਦੇ ਆਸ-ਪਾਸ ਜਦੋਂ ਵੀ ਕੋਈ ਘਟਨਾ ਵਾਪਰਿਆ ਕਰੇ ਉਸੇ ਵੇਲੇ ਉਹਨਾਂ ਦਾ ਉਹਨਾਂ ਦੀ ਤੀਖਣ ਬੁੱਧੀ ਸਮਝ ਜਾਇਆ ਕਰੇ ਕਿਉਂਕਿ ਆਪਾਂ ਬਾਬਾ ਜ਼ੋਰਾਬਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੇ ਵਾਰਸ ਹਾਂ ਜਿਹੜੇ ਸੜ ਤੋਂ ਗਾਂ ਵਾਲੇ ਬੱਚੇ ਹੋਣਗੇ ਉਹ ਵੀ ਫਿਰ ਉਹਨਾਂ ਦੇ ਵਾਰਸ ਬਣ ਕੇ ਉਹਨਾਂ ਵਾਂਗ ਤੀਖਣ ਬੁੱਧੀ ਦੇ ਮਾਲਕ ਬਣ ਜਾਣਗੇ ਫਿਰ ਉਹ ਸਮੇਂ ਦੀ ਕਿਸੇ ਵੀ ਹਕੂਮਤ ਦੀ ਚਾਲ ਦੇ ਵਿੱਚ ਆ ਕੇ ਅਪਰਾਧੀ ਦੂਣਾ ਨਿਵਾ ਜੋ ਹੰਤਾ ਮਿਰਗਾ ਹੈ ਸੀਸ ਨਿਵਾ ਹੈ ਕਿਆ ਥੀ ਹੈ ਜਹ ਰਦੇ ਕਿਸਦੇ ਜਾਏ ਆ ਵੀ ਤਰੀਕਾ ਕੈਮਰਾ ਪਣਾਉਂਦੇ ਆ ਤੁਹਾਡੇ ਮੁਰੇ ਆ ਕੇ ਬੜੇ ਪਿਆਰ ਜਿਹੇ ਦੇ ਨਾਲ ਵੀ ਸਾਰਾ ਕੁਝ ਕਰਦੇ ਆ ਪਰ ਉਹਦੇ ਪਿੱਛੇ ਜਿਹੜੀ ਮਨਸ਼ਾ ਹੁੰਦੀ ਆ ਨਾ ਜਿਹੜੀ ਪਿੱਛੇ ਮਨਸ਼ਾ ਹੁੰਦੀ ਆ ਨਾ ਅਗਲੇ ਦੀ ਜਦੋਂ ਸਾਨੂੰ ਉਹ ਦੇਖਣੀ ਅਤੇ ਉਹ ਸਮਝਣੀ ਆ ਗਈ ਨਾ ਫਿਰ ਨਹੀਂ ਸਾਨੂੰ ਕੋਈ ਵੀ ਖਤਮ ਕਰ ਸਕਦਾ ਫਿਰ ਸਾਡੀ ਏਡਰੀ ਤੇ ਨਿਆਰੀ ਹੋ ਦਸਦੀ ਇਹਨੂੰ ਕਿਸੇ ਤੋਂ ਵੀ ਕਿਸੇ ਵੀ ਕਿਸਮ ਦਾ ਕੋਈ ਖਤਰਾ ਨਹੀਂ ਹੈ ਸੁਚੇਤ ਸਿੱਖ ਕੱਲ ਵੀ ਸੀਗੇ ਉਦੋਂ ਵੀ ਸੀਗੇ ਜਦੋਂ ਐਦਾਂ ਹਕੂਮਤਾਂ ਮੁਠੀ ਪਰ ਸਿੱਖਾਂ ਨੂੰ ਐਦਾਂ ਉਂਗਲਾਂ ਦੇ ਪੋਟਿਆਂ ਦੇ ਗੱਲੇ ਦੇ ਹੁੰਦੇ ਸੀਗੇ ਕਿਹੜੇ ਇਲਾਕੇ ਚ ਕਿੰਨੇ ਕੁ ਰਹਿ ਗਏ ਆ ਅੱਜ ਵੀ ਗਿਣੇ ਹੋਏ ਆ ਜੀ ਉਹਨਾਂ ਨੇ ਔਰ ਜੇ ਉਦੋਂ ਨਹੀਂ ਸੀ ਮੁੱਕੇ ਤੇ ਉਸ ਤੋਂ ਬਾਅਦ ਸਿੱਖਾਂ ਨੇ ਰਾਜ ਕਰਕੇ ਵਿਖਾਇਆ ਨਾ ਤਾਂ ਮੁੱਕਣੇ ਅੱਜ ਵੀ ਨਹੀਂ ਹੈਗੇ ਬਸ ਇੰਨੀ ਇੱਕ ਗੱਲ ਆ ਜੀ ਉਮੀਦ ਕਰਦਾ ਕਿ ਤੁਹਾਨੂੰ ਸਾਰੀਆਂ ਗੱਲਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ ਸਾਡੇ ਚੈਨਲ ਨਾ ਕਿਉਂਕਿ ਉਹਨਾਂ ਦੇ ਏਜੰਡੇ ਆ ਜਿਹੜੇ ਉਹ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨੈਰੇਟਿਵ ਨੂੰ ਭੰਨੀਏ ਔਰ ਜਿਹੜਾ ਸਾਡਾ ਇੱਕ ਪੰਥਕ ਸਰਬੱਤ ਦੇ ਭਲੇ ਵਾਲਾ ਨੈਰੇਟਿਵ ਆ ਆਪਾਂ ਉਹਨਾਂ ਵਾਲਾ ਭੰਨ ਕੇ ਤੇ ਅਸੀਂ ਆਪਣਾ ਇੱਕ ਵਧੀਆ ਵਿਰਤਾਂਤ ਸਿਰਜਣ ਦਾ ਯਤਨ ਕਰਦੇ ਹਾਂ ਜੋ ਕਿ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਸਾਡੇ ਚੈਨਲ ਇਸ ਕਰਕੇ ਫਿਰ ਉਹ ਬਾਰ-ਬਾਰ ਬੈਨ ਕਰ ਦਿੰਦੇ ਆ ਭਾਰਤ ਵਿੱਚ ਤਾਂ ਜਿਹੜੇ ਚੈਨਲ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋ ਤਾਂ ਵਾਹ ਭਲੀ ਜੇ ਨਹੀਂ ਕੀਤਾ ਹੋਇਆ ਤਾਂ ਤੁਸੀਂ ਕਿਰਪਾ ਕਰਕੇ ਲਾਈਕ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜੇ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣ ਤਾਂ ਤੁਸੀਂ ਵੱਤ-ਵੱਤ ਸ਼ੇਅਰ ਜ਼ਰੂਰ ਕਰ ਦਿਓ ਬਹੁਤ-ਬਹੁਤ ਧੰਨਵਾਦ